प्रथम पातशाही श्री गुरु नानक देव जी के प्रकाश उत्सव को शहर में विख्यात नेशनल बेकर्स द्वारा एक बार फिर से खास तरीके से मनाया गया। आमतौर पर तो प्रकाश उत्सव पर विभिन्न तरह के आयोजन होते हैं, मगर आज शुक्रवार को सेक्टर 19 स्थित गुरुद्वारा श्री गुरु सिंह सभा के पास 552 किलो का केक काटा गया। इसका आयोजन नेशनल बेकर्स चंडीगढ़ जीरकपुर के संचालक सतनाम सिंह और समनदीप सिंह ने किया। ठीक है सर, दसो सर, 552 किलो ਤੁਸੀਂ ਕੇਕ ਬਣਾ ਰਹੇ ਹੋ, ਅੱਜ ਗੁਰਪੁਰਬ ਵੀ ਹੈ, ਕੀ ਕਹੋਗੇ? ਸਾਡਾ ਸ਼ੁਰੂ ਤੋਂ ਸੀ ਜੀ, ਜਿੱਦਾਂ ਹਰ ਸਾਲ ਅਸੀਂ ਬਣਾ ਰਹੇ ਸੀ ਪਿਛਲੇ 3 ਸਾਲਾਂ ਤੋਂ। 3 ਸਾਲ ਪਹਿਲਾਂ 550 ਜਿਹੜਾ ਗੁਰਪੁਰਬ ਸੀ, 550 ਕਿਲੋ ਦਾ ਬਣਾਇਆ ਸੀ। ਲਾਸਟ ਈਅਰ ਅਸੀਂ 501 ਕਰਤਾ ਸੀਗਾ ਕੋਵਿਡ ਕਰਕੇ, ਅਤੇ ਹੁਣ ਜਿਹੜਾ ਆਪਾਂ 552 ਕਿਲੋ ਦਾ ਕੇਕ ਬਣਵਾਇਆ। 552 ਗੁਰਪੁਰਬ ਹੈਗਾ ਆਪਣੇ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ, ਅਤੇ ਸਾਨੂੰ ਸੀ ਕਿ ਚਲੋ ਇੱਕ ਵਾਰ ਆਪਾਂ ਜਿੱਦਾਂ ਲੰਗਰ ਸਾਰੀ ਜਗ੍ਹਾ ਚੱਲਦਾ, ਕੋਈ ਆਪਣਾ ਮਿਠਾਈਆਂ ਲਾਉਂਦਾ, ਕੋਈ ਸਮੋਸੇ ਲਾਉਂਦਾ, ਕੋਈ ਸਾਨੂੰ ਸੀ ਕੇਕ ਦਾ ਲੰਗਰ ਲਾਇਆ ਜਾਏ, ਜੋ ਅਸੀਂ ਪਹਿਲਾਂ 3 ਸਾਲ ਪਹਿਲਾਂ ਸੋਚਿਆ ਸੀ, ਅਤੇ ਸਾਨੂੰ ਤਾਂ ਰਿਸਪੋਂਸ ਬਹੁਤ ਵਧੀਆ ਆਇਆ। ਸੰਗਤਾਂ ਨੇ ਬਹੁਤ ਇਸ ਚੀਜ਼ ਨੂੰ ਉਤਸ਼ਾਹ ਨਾਲ ਆਪਣਾ ਦੇਖਿਆ ਕੀਤਾ, ਅਤੇ ਕਾਫੀ ਆਪਾਂ ਇਹਨੂੰ ਇੰਜੋਏ ਕੀਤਾ ਕਰਕੇ, ਅਤੇ ਸੀਗਾ ਕਿ ਹਰ ਸਾਲ ਅਸੀਂ ਇਹ ਕਰਨਾ, ਅਤੇ ਇਸ ਵਾਰ 19 ਸਾਲ ਅਸੀਂ 552 ਕਿਲੋ ਦਾ ਬਣਾ ਕੇ ਇੱਕ ਜਗ੍ਹਾ ਦਾ ਲੰਗਰ ਦਾ ਕੇਕ ਕੱਟਿਆ ਜਾਏਗਾ, ਅਤੇ ਸੰਗਤਾਂ ਵੀ ਚਲੋ ਪਾਏਗਾ। ਨਾਮ ਤਾਂ ਤੁਸੀਂ ਵੀ ਦੱਸ ਦਿਓ ਇਹਦੇ ਬਾਰੇ। ਸਤਨਾਮ ਸਿੰਘ ਜੀ। ਇਹ 552 ਕਿਲੋ ਦਾ ਕੇਕ ਜਿਹੜਾ ਬਣਾਇਆ ਗਿਆ, ਇਹਦੇ ਬਾਰੇ ਦੱਸ। ਬਸ ਇਹੀ ਅਸੀਂ ਪਿੱਛੇ ਜਦੋਂ ਸਾਡੇ 500 ਸਾਲ ਗੁਰਪੁਰਬ ਬੜੇ ਧੂਮਧਾਮ ਨਾਲ ਮਨਾਇਆ, ਗੁਰੂ ਨਾਨਕ ਦੇਵ ਜੀ ਦੀ ਪ੍ਰਾਪਤੀ ਸੀ, ਅਤੇ ਅਸੀਂ ਸੋਚਿਆ ਵੀ ਕੋਈ ਨਵੀਂ ਚੀਜ਼ ਪੇਸ਼ ਕੀਤੀ ਜਾਏ। ਹਰ ਕੋਈ ਕਿਸੇ ਨਾ ਕਿਸੇ ਚੀਜ਼ ਦਾ ਲੰਗਰ ਆਉਂਦਾ, ਕੋਈ ਕੇਲੇ ਦਾ, ਕੋਈ ਸੇਬਿਆਂ ਦਾ, ਕੋਈ ਲੱਡੂਆਂ ਦਾ, ਕੋਈ ਕਿਸੇ ਚੀਜ਼ ਦਾ, ਇੱਕ ਨਵੀਂ ਚੀਜ਼ ਪੇਸ਼ ਕੀਤੀ ਜਾਏ, ਤਾਂ ਕਿ ਬਰਥਡੇ ਦੇ ਨਾਲ ਰਿਲੇਟਿਡ ਵੀ ਹੋਵੇ ਅਤੇ ਇੱਕ ਨਵੀਂ ਚੀਜ਼ ਹੋਵੇ। ਫਿਰ ਅਸੀਂ ਸਾਰੇ ਪਰਿਵਾਰ ਨੇ, ਮੇਰਾ ਭਤੀਜਾ ਹੈਗਾ, ਸਾਡੀ ਆਪਣੀ ਬੇਕਰੀ ਹੈ, ਅਸੀਂ ਜਦੋਂ ਇੱਕ ਬੇਕਰੀ ਦੀ ਆਈਟਮ ਹੋਵੇ ਨਾਲ ਇੱਕ ਕੇਕ ਬਣਾਈਏ ਐਸਾ, ਜਿਹੜਾ ਪੂਰੇ ਮੇਰੇ ਖਿਆਲ ਬਰਥਡੇ 'ਚ ਕਿਸੇ ਨੇ ਇੰਨੇ ਵੱਡਾ ਕੇਕ ਨਹੀਂ ਆਇਆ। ਅਤੇ ਅਸੀਂ ਪਿਛਲੇ ਸਾਲ 550 ਕਿਲੋ ਦਾ ਬਣਾਇਆ ਸੀ, ਸਾਨੂੰ ਲੋਕਾਂ ਨੇ ਬਹੁਤ ਜ਼ਿਆਦਾ ਸ਼ਲਾਘਾ ਹੋਈ, ਬਹੁਤ ਜ਼ਿਆਦਾ ਉਹਨਾਂ ਨੇ ਸਾਨੂੰ ਉਹ ਦਿੱਤੀ, ਪ੍ਰੇਸ ਕੀਤੀ। ਫਿਰ ਅਸੀਂ ਉਸ ਤੋਂ ਪਿਛਲੇ ਸਾਲ ਕੋਵਿਡ ਕਰਕੇ ਥੋੜ੍ਹਾ ਘਟਾ ਦਿੱਤਾ ਸੀ, 501 ਕਰਤਾ। ਸਰ ਕਿੰਨਾ ਟਾਈਮ ਲੱਗਦਾ ਇਹਨੂੰ ਬਣਾਉਣ ਨੂੰ, ਕਿੰਨੇ ਕਾਰੀਗਰ ਤੁਹਾਡੇ ਲੱਗੇ? ਸਾਡੇ 15 ਕਾਰੀਗਰ ਸੀ ਜੀ, ਜਿਹੜੇ ਕੱਲ੍ਹ ਸ਼ਾਮ ਦੇ ਲੱਗੇ ਹੋਏ, ਕੱਲ੍ਹ ਸਵੇਰ ਵੀ ਲੱਗੇ ਹੋਏ ਆ, ਜਿੰਨਾ ਵਿੱਚ ਬਾਕੀ ਸਵੇਰ ਦੇ 10 ਜਿਹੜੇ ਹਨ 10 ਕਾਰੀਗਰ, ਇਸ ਤੋਂ ਕਿ ਫਰੈਸ਼ ਆਈਟਮ ਅੱਛੀ ਲੱਗਦੀ ਹੈ, ਉਹਨੇ ਨਾਲ ਨਾਲ ਕਰੀਮ ਫੈਂਟੀ ਜਾ ਰਹੀ ਹੈ, ਨਾਲ ਨਾਲ ਬਾਣ ਵਜੇ ਤਾਂ ਲੱਗ ਰਹੀ ਹੈ, ਤਾਂ ਕਿ ਅਸੀਂ ਇਹ ਨਹੀਂ ਕਿਹਾ ਵੀ ਇੱਕ ਦਿਨ ਲਈ ਪੁਰਾਣੀ ਜਾਂ ਹੋਵੇ, ਤਾਂ ਕਿ ਲੋਕਾਂ ਨੂੰ। ਕਿੰਨੇ ਘੰਟੇ ਲੱਗਦੇ ਇਹਨੂੰ ਬਣਾਉਣ ਨੂੰ? ਇਹ ਸਵੇਰੇ 6-5 ਵਜੇ ਲੱਗੇ ਹੋਏ ਹਾਂ ਜੀ, ਇਹ ਮੇਰੇ ਖਿਆਲ ਨਾਲ ਸਾਰੇ 12 ਵਜੇ ਤੱਕ ਖਤਮ ਕਰ ਦਿੰਦੇ, ਸਿਰਫ ਆਈਸਿੰਗ ਬਣਾਉਣ ਨੂੰ ਜਿਹੜਾ ਇਹਦਾ ਥੋੜ੍ਹਾ ਮਟੀਰੀਅਲ ਹੈ, ਉਹਨੂੰ 24 ਘੰਟੇ ਹੋ ਗਏ। ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।